ਰਾਜਮਾ ਚਾਵਲ, ਕੜੀ ਚਾਵਲ। ਦੇਖੋ ਜੀ, ਮੈਂ ਮੀਡੀਅਮ ਦੱਸਣਾ ਚਾਹੁੰਦਾ, ਮੈਂ ਇੱਕ ਬੜਾ ਆਮ ਆਦਮੀ ਆਦਮੀ ਹਾਂ। ਮਾਨ ਸਾਹਿਬ ਦੀ ਸਰਕਾਰ ਬਣੀ ਹੈ, ਮੈਂ ਆਮ ਆਦਮੀ ਪਾਰਟੀ ਜ਼ਿਲ੍ਹਾ ਜੁਆਇੰਟ ਸਕੱਤਰ, ਸਾਰੇ ਲੋਕਾਂ ਨੂੰ ਦੱਸਣਾ ਇਹ ਚਾਹੁੰਦਾ, ਮੈਂ ਗਲਤ ਫਾਇਦਾ ਨਹੀਂ ਚੁੱਕਣ ਦਿਆ। ਮੈਂ ਮਿਹਨਤ ਕਰ ਰਿਹਾ, ਜਾਂ ਮੈਂ ਨਸ਼ਾ ਵੇਚਣ ਦਿਆ, ਜਾਂ ਮੈਂ ਕੋਈ ਬਲੈਕ ਕਰਨ ਦਿਆ, ਫਿਰ ਮੈਨੂੰ ਕਹਿਣ ਦੇ ਹੱਥਦਾਰ ਪਾਉਂਦੇ ਆ। ਦੂਜੀ ਗੱਲ, ਮਾਨ ਸਾਹਿਬ ਨੇ ਮਿਹਨਤ ਬਖਸ਼ੀ ਹੈ ਸਾਨੂੰ, ਅਕਾਲੀ ਕਾਂਗਰਸੀਆਂ ਵਾਂਗ ਨਾ ਅਸੀਂ ਗਲਤ ਧੰਦਾ ਕੀਤਾ ਤੇ ਨਾ ਅਸੀਂ ਕਰਨਾ। ਮਿਹਨਤ ਕਰਦੇ ਪਿਆ, ਮੈਂ ਮਿਹਨਤ ਕਰਦਾ ਪਿਆ। ਚਾਂਸ ਹੈ ਆਪਾਂ ਸੜਕ 'ਚ ਨਾ ਕਰੀਏ, ਸੜਕੇ ਆ ਐਸਪੀ ਸਾਹਿਬ ਜੀ, ਸੜਕ ਇਹ ਹੈ ਤੇ ਫਿਰ ਅਸੀਂ ਨਸ਼ੇ ਵੱਲ ਕਿਉਂ ਨਹੀਂ ਜਾਂਦੇ, ਨਸ਼ੇ ਦੇ ਕਾਰੋਬਾਰੀਆਂ ਦੇ ਘਰ ਤੱਕ ਕਿਉਂ ਨਹੀਂ ਵੜਦੇ? ਚਾਂਸ ਸਾਈਕਲ ਦੀ ਚੀਜ਼ਾਂ ਬਹੁਤ ਹੋਈਆਂ ਨੇ, ਆਪਾਂ ਕਰਨ ਜਾਈਏ ਚੀਜ਼ਾਂ ਦੇ ਕਰਨ ਜਾਈਏ, ਬਹੁਤ ਹੋਈਆਂ ਨੇ, ਹਾਂ ਲੇਕਿਨ ਇਹਨਾਂ ਚੀਜ਼ਾਂ 'ਚ ਪੈਣਾ ਨਹੀਂ ਚਾਹੀਦਾ। ਨੀਵਾਂ ਬਾਜ਼ਾਰ ਹੈ, ਇਹਦੇ ਬਾਰੇ ਬਹੁਤ ਲੋਕ ਸ਼ਿਕਾਇਤ ਕਰ ਰਹੇ ਸੀ ਕਿ ਇੱਥੇ ਲੰਘਣ ਜੋਗਾ ਰਸਤਾ ਵੀ ਨਹੀਂ ਹੈਗਾ। ਇੱਥੇ ਲਾਗੇ ਹੌਸਪੀਟਲ ਨੇ, ਹੋਰ ਦੁਕਾਨਾਂ ਨੇ ਜਿਹਨਾਂ ਲੋਕਾਂ ਨੇ, ਤੇ ਇੱਥੇ ਆਮ ਹੀ ਜਿੰਨੇ ਆ ਉਹਨੇ ਸੜਕਾਂ ਦੇ ਉੱਤੇ ਚਾਹ ਦੀਆਂ ਦੁਕਾਨਾਂ ਖੋਲ੍ਹ ਦਿੱਤੀਆਂ, ਸੜਕਾਂ ਦੇ ਉੱਤੇ ਜਿਹੜੇ ਆ ਪਰੌਂਠੇ ਬਣਾ ਰਹੇ ਨੇ, ਸੜਕਾਂ ਦੇ ਉੱਤੇ ਜਿਹੜਾ ਸਾਰਾ ਕੁਝ ਸਮਾਨ, ਅਤੇ ਜਿਹੜੀਆਂ ਦੁਕਾਨਾਂ ਅਗਲੇ ਪਾਸੇ ਨੇ ਜਿਹੜੀਆਂ ਹੈਰੀਜ ਸਟੇਟ ਦੇ ਦੁਕਾਨਾਂ ਵਾਲੇ, ਉਹ ਸਾਰੇ ਦੁਕਾਨਦਾਰ ਜਿਹੜੇ ਇਹਨਾਂ ਗਲੀਆਂ ਦੇ ਵਿੱਚ ਆਪਣੇ ਵਹੀਕਲ ਪਾਰਕ ਕਰ ਜਾਂਦੇ, ਜਿਹੜੇ ਇਸ ਗਲੀ ਦੇ ਵਿੱਚ ਲਹਿਣ ਵਾਲੇ ਲੋਕ ਆ ਉਹਨਾਂ ਨੂੰ ਬੜੀ ਸਮੱਸਿਆ ਆ ਰਹੀ ਸੀ। ਉਹ ਅੱਜ ਅਸੀਂ ਕਾਰਪੋਰੇਸ਼ਨ ਦੇ ਸਹਿਯੋਗ ਦੇ ਨਾਲ ਪਹਿਲ ਪਹਿਲਾਂ ਅਸੀਂ ਇੱਥੇ ਵਾਰਨਿੰਗ ਕਰਕੇ ਗਏ ਸੀ ਕਿ ਤੁਸੀਂ ਆਪਣੀਆਂ ਸੜਕਾਂ ਦਾ ਸਮਾਨ ਚੁੱਕ ਲਓ। ਕੱਲ੍ਹ ਅਸੀਂ ਬਕਾਇਦਾ ਮੈਂ ਅਤੇ ਸਾਡੇ ACP ਸਾਹਿਬ ਨਾਲ ਕਾਰਪੋਰੇਸ਼ਨ ਦੇ ਅਧਿਕਾਰੀ ਵਾਰਨਿੰਗ ਕਰਕੇ ਗਏ ਸੀ। ਅੱਜ ਅਸੀਂ ਵਿਦ ਕਾਰਪੋਰੇਸ਼ਨ ਆਏ ਹਾਂ ਅਤੇ ਜਿਹੜੇ ਜਿਹੜਾ ਸਮਾਨ ਰੋਡ ਦੇ ਉੱਤੇ ਪਿਆ ਸੀ ਉਹ ਜਿਹੜਾ ਕਾਰਪੋਰੇਸ਼ਨ ਨੇ ਆਪਣੇ ਕਬਜ਼ੇ 'ਚ ਲੈ ਲਿਆ ਵਾ, ਅਤੇ ਜਿਹੜੇ ਦੁਕਾਨਦਾਰ ਸਾਨੂੰ ਜ਼ਿੰਮੇਵਾਰੀ ਦਿੰਦੇ ਆ ਕਿ ਚਲੋ ਮਾਤੜਾ ਆਦਮੀ ਵੀ ਮੈਂ ਆਪਣੀ ਦੁਕਾਨ 'ਤੇ, ਵੇਖੋ ਇਹਨਾਂ ਨੇ ਇਹ ਦਿਨੇਸ਼ ਟੀ ਸਟਾਲ ਆ, ਇਹਦੀ ਆਪਣੀ ਅੰਦਰ ਬਾਹਰ ਦੁਕਾਨ ਹੈ, ਲੇਕਿਨ ਇਹ ਸੜਕ ਦੇ ਉੱਤੇ ਲਾ ਰਿਹਾ ਲੋਹੇ ਦਾ ਬਣਾ ਕੇ, ਉਹਦੇ 'ਚ ਗੈਸ ਸਿਲੰਡਰ ਰੱਖਿਆ, ਉਹਦੇ ਵਿੱਚ ਸਾਰਾ ਸਮਾਨ ਰੱਖਿਆ। ਮੰਨ ਲਓ ਗੱਲ, ਜੇ ਇਸ ਬਾਜ਼ਾਰ 'ਚ ਦਰਬਾਰ ਸਾਹਿਬ ਤੋਂ ਹਾੜਲੀ 50 ਗਜ਼ ਦੀ ਦੂਰੀ 'ਤੇ ਆ, ਇਹ ਬਾਜ਼ਾਰ ਭਰਿਆ ਹੀ ਰਹਿੰਦਾ 24 ਘੰਟੇ, ਖਾਸ ਕਰਕੇ ਸ਼ਨੀ ਐਤਵਾਰ। ਜੇ ਮੰਨ ਲਓ ਗੱਲ ਇਹ ਸਿਲੰਡਰ ਨੂੰ ਅੱਗ ਲੱਗ ਜੇ ਤਾਂ ਘੱਟੋ ਘੱਟ ਕਿੰਨੇ ਬੰਦਿਆਂ ਦਾ ਨੁਕਸਾਨ ਹੋਵੇ, ਔਰ ਮੈਂ ਤਾਂ ਸ਼ੁਕਰ ਗੁਰੂ ਰਾਮਦਾਸ ਜੀ ਦਾ ਕਰਦਾ ਇਹ ਵਿਚਾਰ ਆ। ਪਰ ਅੱਜ ਉਹਨੇ ਇਹਨੂੰ ਕਿਹਾ ਵੀ ਜੇ ਤੂੰ ਲਾਉਣੀ ਆਪਣੀ ਦੁਕਾਨ 'ਤੇ ਆਪਣੀ ਦੁਕਾਨ ਦੇ ਅੰਦਰ ਕੰਮ ਕਰ, ਸੜਕ ਦੇ ਉੱਤੇ ਕਿਸੇ ਦੁਕਾਨ ਦੇ ਕਿਸੇ ਨੂੰ ਸਿਲੰਡਰ ਨਹੀਂ ਲਾਉਣ ਦੇਣਾ। ਇਹ ਅਸੀਂ ਸਾਰਿਆਂ ਦੇ ਸਹਿਯੋਗ ਦੇ ਨਾਲ ਹਾਂ, ਔਰ ਮੈਨੂੰ ਆਸ ਹੈ ਵੀ ਅੰਮ੍ਰਿਤਸਰ ਵਾਸੀ ਜਿਹੜੇ ਆ ਇਹ ਕਾਨੂੰਨ ਦੀ ਪਾਲਣਾ ਕਰਨ ਵਾਲੇ ਆ ਅਤੇ ਸਾਡਾ ਪੂਰਾ ਸਹਿਯੋਗ ਕਰਨਗੇ।